ਪਰ ਸਰਕਾਰਾਂ ਨੇ ਜਿਹੜੀ ਤੰਗੇਸਾਈ ਕੀਤੀ ਹੈ ਲਾਸਟ ਮੂਮੈਂਟ 'ਤੇ ਦਾਰੂ ਦੀ, ਪੈਸੇ ਦੀ, ਖੇਤੋਂ ਨੂੰ ਬਾਈਪਾਸ ਕਰਕੇ ਤਾਂ ਨੂੰ ਪ੍ਰਮੋਟ ਕਰਕੇ ਉਹਨਾਂ ਨੇ ਜੋ ਵੀ ਕੀਤਾ ਉਹਦਾ ਦੁੱਖ ਹੈ। ਬਾਕੀ ਪਬਲਿਕ ਵੱਲੋਂ ਕੋਈ ਪਾਰਟੀ ਦੀ ਸਥਿਤੀ ਹੈ ਜੀ, ਹੁਣ ਤੁਸੀਂ ਹਾਰ ਗਏ ਹੋ ਇੱਥੋਂ, ਜਨਾਂ ਦੇ ਸਰਕਾਰ ਵੀ ਕਰ ਲਿਆ, ਜਿਹੜਾ ਗ੍ਰਾਫ ਹੈ ਕਿਵੇਂ ਹੈ, ਵੋਟਰ ਦਾ ਜਿਹੜਾ ਮਿਜ਼ਾਜ ਉਹ ਕਿਵੇਂ ਪਾ ਸਕਦਾ, ਅਗਲੀ ਰਣਨੀਤੀ ਕਿਵੇਂ, ਅਗਲੇ ਬਹੁਤ ਮਿਹਨਤ ਕਰਾਂਗੇ ਬਹੁਤ ਵਧੀਆ ਢੰਗ ਦੇ ਨਾਲ, ਸਰਕਾਰਾਂ ਦਾ ਸਰਕਾਰਾਂ ਜੋ ਕਰ ਰਹੀਆਂ ਜੋ ਇਹਨਾਂ ਨੇ ਇਸ ਵਾਰ ਕੀਤਾ ਉਜਾਗਰ ਕਰਾਂਗੇ। ਕੀ ਕਾਰਨ ਕੀ ਮੰਨਦੇ ਹੋ? ਸਰਕਾਰਾਂ ਧੱਕੇ ਸਹੀ ਕਰਦੀਆਂ, ਜਿਹੜੀ ਤੁਹਾਨੂੰ ਪਤਾ ਖੇਤਰੀ ਪਾਰਟੀ ਜਿਹੜੀਆਂ ਹੁੰਦੀਆਂ ਉਹ ਧੱਕੇ ਸਹੀ ਕਰਦੀਆਂ, ਨੈਸ਼ਨਲ ਪਾਰਟੀ ਉਮੀਦਵਾਰ ਜਿੱਤਿਆ ਧੱਕੇ ਸਹੀ ਨਾਲ ਹੀ ਜਿੱਤਿਆ, ਤੁਹਾਡੇ ਸਾਹਮਣੇ ਹੀ ਹੈ ਨਾ, ਦਾਰੂ ਵੀ ਵੰਡੀ ਗਈ ਆ, ਸਰੇਆਮ ਦਾਰੂ ਵੰਡੀ ਗਈ ਆ, ਸਾਡੇ ਮੁਲਾਜ਼ਮ ਉਹਨਾਂ ਨੂੰ ਆਹੀ ਜਿਹੜੇ ਵੀ ਮੁਲਾਜ਼ਮ ਸੀ ਉਹਨਾਂ ਨੇ ਨੌਕਰੀ ਬਿਠਾਉਣੀ ਸੀ, ਸਾਰਾ ਕੁਛ ਦੇਖ ਕੇ ਚੱਲਣਾ ਪੈਂਦਾ ਆਇਆ ਹੈਗਾ ਫਗਵਾੜੇ ਦਾ। ਅਤੇ ਮੈਂ ਇਹ ਗੱਲ ਕਹੂੰਗਾ ਵੀ ਫਗਵਾੜੇ ਦੇ ਵਿੱਚ ਲੋਕਤੰਤਰ ਨਹੀਂ ਡੰਡਾ ਤੰਤਰ ਜਿੱਤ ਗਿਆ, ਡੰਡਾ ਤੰਤਰ ਦੀ ਜਿੱਤ ਹੋਈ ਹੈ। ਜਿਹੜੀ ਗੱਲ ਕਾਂਗਰਸ ਪਾਰਟੀ ਸਰਕਾਰ ਜੋ ਲੀਡਰ ਸਾਹਿਬਾਨ ਇਹ ਗੱਲ ਕਹਿੰਦੇ ਸੀ ਵੀ ਅਸੀਂ ਇਲੈਕਸ਼ਨ ਨਹੀਂ ਲੜਨੀ, ਇਲੈਕਸ਼ਨ ਤਾਂ ਸਾਡੇ ਅਫਸਰਾਂ ਨੇ ਲੜਨੀ ਆ, ਅਤੇ ਅਫਸਰਾਂ ਨੇ ਪੂਰਾ ਉਮੀਦਵਾਰ ਬਣ ਕੇ ਇਲੈਕਸ਼ਨ ਲੜੀ ਆ ਉਹਨਾਂ ਨੇ, ਤੋ ਇਹਦਾ ਮਤਲਬ ਲੋਕਤੰਤਰ ਨਹੀਂ ਡੰਡਾ ਤੰਤਰ ਅੱਜ ਜਿੱਤ ਗਿਆ। ਕਾਰਨ ਸਰਕਾਰ ਨੇ ਲੋਕਾਂ ਨੂੰ ਡਰਾਇਆ ਸੀ, ਵੋਟਰਾਂ ਨੂੰ ਵੋਟਰ ਸਾਈਲੈਂਟ ਕੀਤਾ ਸੀ, ਸਰਪੰਚਾਂ ਨੂੰ ਪਿੰਡਾਂ ਦੇ ਵਿੱਚ ਧਮਕੀਆਂ ਦਿੱਤੀਆਂ ਵੀ ਸਰਪੰਚਾਂ ਜੇ ਤੇਰੇ ਪਿੰਡੋਂ ਹਾਰ ਗਏ ਨਾ ਤਾਂ 2.5 ਸਾਲ ਰਹਿੰਦੇ ਆ, ਪਰਚਾ ਦੇਵਾਂਗੇ, ਪੈਸਾ ਨਹੀਂ ਕੋ ਦੇਵਾਂਗੇ, ਬਲੈਕਮੇਲਿੰਗ ਹੋਈ ਆ। ਕੌਂਸਲਰ ਜਿਹੜੇ ਹੈਗੇ ਆ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਸਾਰੇ ਹੀ ਜਗ੍ਹਾ ਆਪਣਾ ਸਰਕਾਰ ਦਾ ਜਿਹੜਾ ਅਮਲਾ ਸੀ ਉਹਦੀ ਦੁਰਵਰਤੋਂ ਕੀਤੀ ਗਈ ਹੈ। ਮੈਂ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ, ਇੱਕ ਵੀ ਸ਼ਿਕਾਇਤ ਦੇ ਉੱਤੇ ਕਾਰਵਾਈ ਨਹੀਂ ਹੋਈ, ਔਰ ਅੱਜ ਭਾਵੇਂ ਉਹ ਕਹੀ ਜਾਣਦੇ ਸੀ ਜਿੱਤਿਆ, ਆਮ ਚੋਣਾਂ ਹੁੰਦੀਆਂ ਨਾ ਫਿਰ ਪਤਾ ਲੱਗਦਾ ਵੀ ਕੌਣ ਕਿਤਨੇ ਪਾਣੀ ਨੇ। 15 ਸਾਲ ਤੋਂ ਕਾਂਗਰਸ ਪਾਰਟੀ ਜਿਹੜੀ ਇੱਥੋਂ ਹਾਰਦੀ ਆਈ ਆ, ਅਤੇ ਉਸ ਵੇਲੇ ਨਾ ਜਿੱਤ ਗਈ, ਅੱਜ ਜਿਹੜੀ ਇਹਦੀ ਜਿੱਤ ਆ ਇਹ ਲੋਕਾਂ ਦੀ ਜਿੱਤ ਨਹੀਂ, ਇਹ ਜਿੱਤ ਜਿਹੜੀ ਹੈਗੀ ਆ ਇਹ ਡੰਡਿਆਂ ਦੀ ਜਿੱਤ, ਡੰਡਾ ਤੰਤਰ ਦੀ। ਸੰਦੇਸ਼ ਕੁਛ ਨਹੀਂ, ਅਸੀਂ ਤਾਂ ਲੋਕਾਂ ਦੇ ਲਈ ਕੰਮ ਕਰਦੇ ਸੀ, ਕੰਮ ਦੇ ਆਧਾਰ 'ਤੇ ਵੋਟ ਮੰਗਦੇ ਸੀ, ਔਰ ਕੰਮ ਦੇ ਆਧਾਰ 'ਤੇ ਲੋਕਾਂ ਨੇ ਸਾਨੂੰ ਇੰਨਾ ਪਿਆਰ ਬਖਸ਼ਿਆ, ਇੰਨੇ ਡਰਦੇ ਮਾਹੌਲ ਦੇ ਵਿੱਚ ਵੀ ਜੇ 10,000 ਦੇ ਕਰੀਬ ਲੋਕਾਂ ਨੇ ਵੋਟ ਪਾਤਾ ਤਾਂ ਇਹਦਾ ਮਤਲਬ ਇਹ ਆ ਵੀ ਇਮਾਨਦਾਰੀ ਜਿਹੜੀ ਹੈਗੀ ਆ ਉਹਦੀ ਕਦਰ ਵੀ ਹੈਗੀ ਆ, ਅਤੇ ਲੋਕ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਸਮਝਦੇ ਵੀ ਹੈਗੇ ਆ। ਬਾਕੀ ਜਿਮਨੀ ਚੋਣ ਆ ਇਸ ਕਰਕੇ ਪ੍ਰੈਸ਼ਰ ਜ਼ਿਆਦਾ ਸੀ ਲੋਕਾਂ ਦੇ ਉੱਤੇ, ਕੋਈ ਗੱਲ ਨਹੀਂ, ਆਉਣ ਵਾਲਾ ਜਿਹੜਾ ਟਾਈਮ ਆ 22 ਦੀ ਇਲੈਕਸ਼ਨ ਜਿਹੜੀ ਹੈਗੀ ਆ, 22 ਦੀ ਇਲੈਕਸ਼ਨ ਦੇ ਵਿੱਚ ਇਹ ਸਭ ਕੁਛ ਜਿਹੜਾ ਹੈਗਾ ਧੋ ਹੋ ਜਾਣਾ। ਸਰ ਕੀ ਫੀਲ ਤਾਂ ਨਹੀਂ ਕਰਦੇ ਤੁਸੀਂ ਕਿ ਬਸਪਾ ਦੇ ਸਮਝੌਤੇ ਨਾਲ ਕਿਤੇ ਗਲਤੀ ਹੋ ਗਈ ਤੁਹਾਡੇ ਕੋਲੋਂ, ਬਸਪਾ ਨਾਲ ਸਮਝੌਤਾ ਨਹੀਂ ਹੋ ਸਕਿਆ ਤੁਹਾਡਾ? ਨਹੀਂ, ਮੈਨੂੰ ਤਾਂ ਨਹੀਂ ਇਸ ਗੱਲ ਨਾਲ ਵੀ ਸਮਝੌਤਾ ਨਹੀਂ ਹੋ ਸਕਿਆ, ਤਾਂ ਮੈਂ ਕਹਾਂ ਵੀ ਗਲਤੀ ਹੋ ਗਈ ਆ, ਗਲਤੀ ਕੀਤੀ ਉਹਨਾਂ ਨੇ, ਕਿਉਂਕਿ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਦੋਂ PDA ਬਣਿਆ ਸੀ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਸੀ ਵੀ ਹੁਸ਼ਿਆਰਪੁਰ ਲੋਕ ਸਭਾ ਸਾਨੂੰ ਦੇ ਦਿਓ ਅਤੇ ਫਗਵਾੜਾ ਵਿਧਾਨ ਸਭਾ ਤੁਸੀਂ ਲੜ ਲਿਓ, ਅਤੇ ਉਸ ਗੱਲ ਤੋਂ ਮੁੱਕਰ ਗਏ, ਅਤੇ ਉਸ ਵੇਲੇ ਹੁਣ ਵੀ ਉਹਨਾਂ ਨੇ ਆ ਕੇ ਇਹ ਗੱਲ ਜਿਹੜੀ ਕਰ ਲਈ, ਹੁਣ ਉਹਨਾਂ ਨੂੰ ਪਤਾ ਲੱਗਿਆ, ਉਹ ਤਾਂ ਕਹਿੰਦੇ ਸੀ ਜਿੱਤੇ ਹੋ, ਅਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਅਤੇ ਮੈਨੂੰ ਵੀ ਪਤਾ ਲੱਗ ਗਿਆ, ਹੁਣ ਮੈਨੂੰ ਇਹ ਆ ਵੀ ਮੈਂ ਤਾਂ ਕੰਮ ਕਰ ਰਿਹਾ, ਮੈਂ ਆਉਣ ਵਾਲੇ ਟਾਈਮ 'ਚ ਵੀ ਕੰਮੇ ਕਰਨਾ। ਕੀ ਸੰਦੇਸ਼ ਹੈ ਸਰ? ਸੰਦੇਸ਼ ਕੁਛ ਨਹੀਂ, ਬਸ ਲੋਕਾਂ ਨੂੰ ਇਹ ਕਹੂੰਗਾ ਵੀ ਤਕੜੇ ਹੋ ਕੇ ਰਹੋ, ਜਬਰ ਜ਼ੁਲਮ ਦੇ ਖਿਲਾਫ ਲੜਾਈ ਜਿਹੜੀ ਆ ਉਹ ਬੰਦ ਨਹੀਂ ਹੋਈ, ਇਹਦੀ ਇਹ ਲੜਾਈ ਦੀ ਸ਼ੁਰੂਆਤ ਆ, ਲੋਕ ਇਨਸਾਫ਼ ਪਾਰਟੀ ਨੇ ਪਹਿਲੀ ਵਾਰ ਜਿਮਨੀ ਚੋਣ ਲੜੀ ਆ ਔਰ ਬਹੁਤ ਅੱਛਾ ਲੋਕਾਂ ਨੇ ਪਿਆਰ ਦਿੱਤਾ ਆ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਵਿੱਚ 2022 ਦੀਆਂ ਜਿਹੜੀਆਂ ਚੋਣਾਂ ਆ ਉਹਦਾ ਅਸੀਂ ਮੁੰਢ ਬੰਨਿਆ, ਅਜੇ ਸ਼ੁਰੂਆਤ ਕੀਤੀ ਆ, 22 ਦੇ ਵਿੱਚ ਜਿਹੜਾ ਹੈਗਾ ਅਸੀਂ ਇੱਕ ਫੈਸਲਾ ਕੂਨ ਸਥਿਤੀ ਦੇ ਵਿੱਚ ਆਵਾਂਗੇ। ਅੱਜ ਜੋ ਇਲੈਕਸ਼ਨ ਦਾ ਰਿਜ਼ਲਟ ਆਇਆ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਸੀ, ਆਪਣੇ ਆਪਣੇ ਕੰਮ ਛੱਡ ਕੇ ਔਰ ਘਰ ਬਾਰ ਛੱਡ ਕੇ ਆਪਣੇ ਨੌਕਰੀਆਂ ਤੋਂ ਛੁੱਟੀਆਂ ਲੈ ਕੇ ਇੱਕ ਲੜਾਈ ਲੜੀ ਸੀ, ਉਹਨਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ। ਉਸ ਤੋਂ ਬਾਅਦ ਸਰਦਾਰ ਧਾਲੀਵਾਲ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਅੱਜ ਉਹਨਾਂ ਨੂੰ ਇਹ ਲੋਕਾਂ ਨੇ ਫਤਵਾ ਦਿੱਤਾ ਕਿ ਫਗਵਾੜਾ ਸ਼ਹਿਰ ਦੇ ਲੋਕਾਂ ਲਈ ਉਹ ਕੰਮ ਕਰਨ,
ਔਰ ਮੈਂ ਗੁਜ਼ਾਰਿਸ਼ ਕਰਦਾ ਕਿ 2.5 ਸਾਲ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ, ਜਿਹਨਾਂ ਮੁੱਦਿਆਂ ਦੇ ਉੱਪਰ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਆਈ ਸੀ, ਅੱਜ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਕਹਿਣ ਦੀ ਕਿ ਤਾਲੀਬਾਨ ਸਾਹਿਬ ਉਹਨਾਂ ਮੁੱਦਿਆਂ ਨੂੰ ਹੱਲ ਕਰਨਗੇ, ਚਾਹੇ ਉਹ ਬੇਰੁਜ਼ਗਾਰ ਕਰ ਨੌਕਰੀ ਦਾ ਮੁੱਦਾ ਸੀ, ਚਾਹੇ ਉਹ 5-5 ਮਾਲੇ ਦੇ ਮਕਾਨ ਸੀ, ਚਾਹੇ ਉਹ ਕਿਸਾਨਾਂ ਦੀ ਜੋ ਕਰਜ਼ਾ ਮਾਫੀ ਸੀ, ਚਾਹੇ ਨਸ਼ਾਬੰਦੀ ਸੀ, ਇਹਨਾਂ ਮੁੱਦਿਆਂ ਨੂੰ ਮੈਂ ਆਸ ਕਰਦਾ ਕਿ ਤਾਲੀਬਾਨ ਸਾਹਿਬ ਚੁੱਕਣਗੇ। ਜਿਹੜਾ ਤੁਸੀਂ ਆਪਣੇ ਹਾਰ ਦਾ ਕਾਰਨ ਕੀ ਕਾਰਨ ਹਾਰ ਦਾ? ਦੇਖੋ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਔਰ ਲੋਕਾਂ ਦਾ ਜੋ ਫਤਵਾ ਉਹ ਸਿਰ ਮੱਥੇ ਹੋਣਾ ਚਾਹੀਦਾ। ਇਹਦੇ ਵਿੱਚ ਹਾਰ ਜਿੱਤ ਜਿਹੜੀ ਚੱਲਦੀ ਰਹਿੰਦੀ ਹੈ ਔਰ ਕਰੋੜਾਂ ਸਾਲ ਦੇ ਇਤਿਹਾਸ ਦੇ ਵਿੱਚ ਦੇਖ ਲਓ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ, ਕਿਉਂਕਿ ਜਿਹੜੇ ਲੜਦੇ ਉਹ ਹਾਰਦੇ ਵੀ ਹੈ ਅਤੇ ਜਿੱਤਦੇ ਵੀ ਆ, ਪਰ ਸਾਡੀ ਲੜਾਈ ਖਤਮ ਨਹੀਂ ਹੋਊਗੀ। ਸਰ 15 ਸਾਲ ਤੋਂ ਭਾਜਪਾ ਜਿੱਤੂ ਰਹੀ ਆ ਫਗਵਾੜਾ ਦੇ ਵਿੱਚ, ਫਿਰ ਵੀ ਕੋਈ ਨਾ ਕੋਈ ਕਾਰਨ ਤਾਂ ਹੋਇਆ, ਤੁਸੀਂ ਘੋਖਿਆ ਹੋਏਗਾ। ਕਿਸ ਤਰ੍ਹਾਂ ਜੀ? 15 ਸਾਲ ਤੋਂ, ਪਿਛਲੇ 15 ਸਾਲ ਤੋਂ ਫਗਵਾੜਾ 'ਤੇ ਭਾਜਪਾ ਰਾਜ ਕਰਦੀ ਆ ਰਹੀ ਹੈ, ਐਤਕੀ ਧਾਰੀਵਾਲ ਦੀ ਜਿੱਤ ਦਾ ਕੀ ਕਾਰਨ ਮੰਨਦੇ ਹੋ ਤੁਸੀਂ? ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿੱਥੇ ਲੋਕ ਵੱਡੇ ਨੇ ਉਹ ਲੋਕਾਂ ਦਾ ਫਤਵਾ ਸਿਰ ਮੱਥੇ ਲੈਣਾ ਚਾਹੀਦਾ, ਪਰ ਅਸੀਂ ਆਪਣੀ ਜੋ ਕਮੀ ਪੇਸ਼ੀ ਹੈਗੀ ਉਹਨੂੰ ਦੂਰ ਕਰਾਂਗੇ, ਘਰ ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸੋਚ ਦੱਸਾਂਗੇ, ਵਿਚਾਰਧਾਰਾ ਦੱਸਾਂਗੇ ਔਰ ਇਹ ਵੀ ਦੱਸਾਂਗੇ ਕਿ ਪਿਛਲੇ 2.5 ਸਾਲਾਂ ਦੇ ਵਿੱਚ ਜੋ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਅਗਰ ਤਾਂ ਇਹ ਕਾਂਗਰਸ ਸਰਕਾਰ ਇਹਨਾਂ ਮੁੱਦਿਆਂ ਦਾ ਹੱਲ ਕਰਦੀ ਆ ਤਾਂ ਬਹੁਤ ਵਧੀਆ ਗੱਲ ਆ, ਨਹੀਂ ਤਾਂ 2.5 ਸਾਲਾਂ ਦੇ ਵਿੱਚ ਇੱਕ ਹੋਰ ਲਹਿਰ ਬਣਾ ਕੇ 2022 ਦੀ ਲੜਾਈ ਬਹੁਤ ਤਕੜੇ ਹੋ ਕੇ ਲੜਾਂਗੇ। ਤੁਸੀਂ ਸਰ ਗਾਂ ਵੀ ਇਲੈਕਸ਼ਨ ਲੜੋਗੇ? ਦੇਖੋ ਪਾਰਟੀ ਜਿਸ ਤਰ੍ਹਾਂ ਕਹੇਗੀ, ਅਸੀਂ ਪਾਰਟੀ ਦੇ ਸਿਪਾਹੀ ਹਾਂ, ਉਹ ਜੋ ਵੀ ਕਹੇਗੀ ਸਾਨੂੰ ਉਹ ਮਨਜ਼ੂਰ ਆ, ਕਿਉਂਕਿ ਪਾਰਟੀ ਜਿਹੜੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਸੋਚਦੀ ਆ।